ਬਣਾਈਆਂ ਸੀ ਪਰ ਇਸ ਪਹਿਲਾਂ ਨਾਲੋਂ ਹੁਣ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਹੈ ਇਸ ਦੇ ਵਿੱਚ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਆਪਣੀਆਂ ਮਤਲਬ ਕੁੜੀਆਂ ਬਹੂਆਂ ਠੀਕ ਹੈ ਜਾਂ ਸੱਸਾਂ ਵੀ ਜਦੋਂ ਦੱਬੀਆਂ ਰਹਿੰਦੀਆਂ ਨੇ ਉਹਨਾਂ ਦੇ ਜਿਹੜੇ ਮਨ ਦੇ ਭਾਵ ਨੇ ਅੰਦਰ ਹੀ ਦਬੇ ਰਹਿੰਦੇ ਆ ਤਾਂ ਉਹ ਇਕੱਠੀਆਂ ਹੋ ਕੇ ਹੁਣ ਇੱਥੇ ਕੋਈ ਜੈਂਟਸ ਤਾਂ ਹੈ ਨਹੀਂ ਸੀ ਇਕੱਠੀਆਂ ਹੋ ਕੇ ਆਪਣੇ ਮਾਨ ਦੇ ਭਾਵਾਂ ਨੂੰ ਪ੍ਰਗਟਾਉਂਦੀਆਂ ਨੇ ਠੀਕ ਹੈ ਇਹ ਬਹੁਤ ਵਧੀਆ ਰਿਸੋਰਸ ਹੈ ਠੀਕ ਹੈ ਇਸ ਲਈ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਹਰ ਸਾਲ ਮਤਲਬ ਬਣਾਉਣੀਆਂ ਚਾਹੀਦੀਆਂ ਨੇ ਠੀਕ ਇਹ ਬਹੁਤ ਵਧੀਆ ਬਣਾਇਆ ਅਸੀਂ ਬਹੁਤ ਇੰਜੋਏ ਕੀਤਾ ਸਾਰਾ ਕੁਛ ਭੁੱਲ ਕੇ ਮਤਲਬ ਅਸੀਂ ਬਿਲਕੁਲ ਮਤਲਬ ਪੂਰਾ ਐਂਟਰਟੇਨਮੈਂਟ ਕੀਤਾ ਥੈਂਕ ਯੂ ਥੈਂਕ ਯੂ ਹਾਂਜੀ ਮੇਰਾ ਨਾਮ ਹਰਪ੍ਰੀਤ ਹੈ ਹਾਂਜੀ ਅੱਜ ਦਾ ਤੀਆਂ ਦਾ ਤਿਉਹਾਰ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਤੇ ਜਿਵੇਂ ਪੁਰਾਣੇ ਸਮੇਂ ਦੀ ਆਪਾਂ ਰਵਾਇਤ ਮੰਨਦੇ ਹਾਂ ਕਿ ਤੀਆਂ ਕਿਉਂ ਮਨਾਈਆਂ ਜਾਂਦੀਆਂ ਸੀ ਤਾਂ ਤੀਆਂ ਮਨਾਈਆਂ ਜਾਂਦੀਆਂ ਸੀ ਕਿਉਂਕਿ ਜਿਹੜੇ ਕੁੜੀਆਂ ਸੀ ਉਹਨਾਂ ਨੂੰ ਇੰਟਰਟੇਨਮੈਂਟ ਦਾ ਮਨੋਰੰਜਨ ਦਾ ਕੋਈ ਸੋਰਸ ਨਹੀਂ ਸੀਗਾ ਬੋਇਜ਼ ਤਾਂ ਕੋਈ ਨਾ ਕੋਈ ਇੰਟਰਟੇਨਮੈਂਟ ਕਰ ਲੈਂਦੇ ਨੇ ਤਾਂ ਉਹਨਾਂ ਲਈ ਕੋਈ ਵੀ ਨਹੀਂ ਸੀ ਹੁੰਦਾ ਇਸ ਲਈ ਕੁੜੀਆਂ ਪਿੰਡ ਤੋਂ ਬਾਹਰ ਜਿਹੜੇ ਬਰੋਟੇ ਜਾਂ ਮਤਲਬ ਖੁੱਲੇ ਥਾਂ ਦੇ ਉੱਤੇ ਜਾਂਦੀਆਂ ਸੱਸਾਂ ਨਾਲ ਸੰਬੰਧਿਤ ਬੋਲੀਆਂ ਦਿਓਰ ਨਾਲ ਸੰਬੰਧਿਤ ਬੋਲੀਆਂ ਪਤੀ ਨਾਲ ਸੰਬੰਧਿਤ ਬੋਲੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬੋਲੀਆਂ ਹੁੰਦੀਆਂ ਜਿਹੜੀਆਂ ਵੈਸੇ ਆਪਾਂ ਨਹੀਂ ਪਾ ਸਕਦੇ ਤੇ ਉਹ ਬੋਲੀਆਂ ਪਾਈਆਂ ਜਾਂਦੀਆਂ ਆਪਣੇ ਮਨ ਦੇ ਜਿੰਨੇ ਵੀ ਚਾਹ ਹੁੰਦੇ ਨੇ ਕੁੜੀਆਂ ਦੇ ਉਹ ਰੱਜ ਕੇ ਪੂਰੇ ਕੀਤੇ ਜਾਂਦੇ ਖੂਬ ਹਾਰ ਸ਼ਿੰਗਾਰ ਜਿਵੇਂ ਚੂੜੀਆਂ ਕੱਚ ਦੀਆਂ ਪਾਉਣੀਆਂ ਜਾਂ ਮਹਿੰਦੀ ਲਾਉਣੀ ਹੈ ਤੀਆਂ ਦੇ ਤਿਉਹਾਰ ਦੇ ਵਿੱਚ ਮੇਨ ਮੰਨਿਆ ਜਾਂਦਾ ਔਰ ਤੀਆਂ ਦੇ ਤਿਉਹਾਰ ਦੇ ਵਿੱਚ ਕੁੜੀਆਂ ਨੂੰ ਸੰਧਾਰਾ ਭੇਜਿਆ ਜਾਂਦਾ ਕੁੜੀਆਂ ਜਿਹੜੀਆਂ ਨੇ ਉਹ ਸਹੁਰਿਆਂ ਦੇ ਤੋਂ ਪੇਕੇ ਆਈਆਂ ਹੁੰਦੀਆਂ ਨੇਗੀਆਂ ਔਰ ਉਹਨਾਂ ਨੇ ਜਿਹੜੇ ਵੀ ਕੰਮ ਕਾਰ ਸਹੁਰੇ ਕਰਨੇ ਹੁੰਦੇ ਨੇ ਉਹਨਾਂ ਨੂੰ ਇੱਕ ਤਰ੍ਹਾਂ ਦੀ ਵਿਹਲ ਮਿਲੀ ਹੁੰਦੀ ਔਰ ਉਹਨਾਂ ਦੇ 15 ਦਿਨ ਨੇ ਜਿਹੜੇ ਤੀਆਂ ਦੇ ਉਹ ਬਹੁਤ ਹੀ ਜ਼ਿਆਦਾ ਵਧੀਆ ਬੀਤਦੇ ਨੇ ਇੱਕ ਤਾਂ ਆਪਣੇ ਪੇਕਿਆਂ ਦਾ ਚਾਅ ਹੁੰਦਾ ਇੱਕੋ ਸਹੇਲੀਆਂ ਨੂੰ ਮਿਲਦੀਆਂ ਨੇ ਜਿਹੜੀਆਂ ਇੱਧਰ ਉੱਧਰ ਸਹੇਲੀਆਂ ਵਿਚਾਰੀਆਂ ਵਿਹੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਮਿਲ ਸਕਦੀਆਂ ਉਹ ਮਿਲਦੀਆਂ ਨੇ ਪਰ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਵੀ ਨਹੀਂ ਕਿਸੇ ਕੋਲ ਟਾਈਮ ਜੇ ਆਪਾਂ ਕਹੀਏ ਆਪਾਂ ਨਹੀਂ ਜਾ ਸਕਦੇ 15 ਦਿਨਾਂ ਲਈ ਤਾਂ ਨਹੀਂ ਜਾ ਸਕਦੇ ਖੈਰ ਤਾਂ ਆਪਾਂ ਇੱਕ ਦਿਨ ਲਈ ਜਿਵੇਂ ਵੀ ਆਪਾਂ ਅਰੇਂਜ ਕਰਦੇ ਹਾਂਗੇ ਇੱਕ ਦਿਨ ਲਈ ਤਾਂ ਬਹੁਤ ਵਧੀਆ ਤਿਉਹਾਰ ਹੈ ਜਿਹੜਾ ਮਨਾਇਆ ਜਾਂਦਾ ਮੇਰੇ ਹਿਸਾਬ ਨਾਲ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਤੀਆਂ ਬਾਰੇ ਆਪਾਂ 15 ਦਿਨ ਦੀ ਇੰਟਰਟੇਨਮੈਂਟ ਤਾਂ ਨਹੀਂ ਕਹਿ ਸਕਦੇ ਪਰ ਇੱਕ ਦਿਨ ਨਾਲ ਹੀ ਬਹੁਤ ਕੁਝ ਪਤਾ ਲੱਗਦਾ ਪਰ ਕੁੜੀਆਂ ਲਈ ਤਾਂ ਮੇਨ ਸੋਰਸ ਹੈ ਜੇ ਆਪਾਂ ਕਹੀਏ ਤੀਆਂ ਕਿਉਂਕਿ ਜੇ ਆਪਾਂ ਕਹੀਏ ਮੈਰਿਜ ਦੇ ਟਾਈਮ ਦੀ ਕੁੜੀਆਂ ਨੂੰ ਬਹੁਤ ਘੱਟ ਨੱਚਣ ਲਈ ਜਿਹੜੇ ਹੈ ਸਪੇਸ ਮਿਲਦੀ ਹੈ ਖਾਸ ਕਰਕੇ ਬੋਇਜ਼ ਜੇ ਆਪਾਂ ਲੇਡੀ ਸੰਗੀਤ ਦੀ ਗੱਲ ਕਰੀਏ ਹੈ ਨਾ ਲੇਡੀ ਸੰਗੀਤ ਵੀ ਲੇਡੀਜ਼ ਦਾ ਨਹੀਂ ਹੁੰਦਾ ਓਨਲੀ ਜੈਂਟਸ ਦਾ ਹੀ ਹੁੰਦਾ ਕੁੜੀਆਂ ਨੂੰ ਤਾਂ ਵਿਚਾਰੇ ਨੂੰ ਇੱਕ ਸਾਈਡ ਨੂੰ ਕਰਿਆ ਜਾਂਦਾ ਜਿਵੇਂ ਹੁਣ ਅੱਜ ਫੰਕਸ਼ਨ ਹੋਇਆ ਦੇਖੋ ਇੱਥੇ ਕੋਈ ਜੇ ਆਪਾਂ ਕਹੀਏ ਓਨਲੀ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰੇ ਕੀਤੇ ਕਿਸੇ ਨੇ ਬੋਲੀਆਂ ਪਾਈਆਂ ਕਿਸੇ ਨੇ ਡਾਂਸ ਕੀਤਾ ਜਿਵੇਂ ਵੀ ਕਿਸੇ ਨੂੰ ਲੱਗਿਆ ਤਾਂ ਮਤਲਬ ਮੇਰੇ ਹਿਸਾਬ ਨਾਲ ਬਹੁਤ ਵਧੀਆ ਔਰ ਮੈਂ ਇੰਜੋਏ ਕੀਤਾ ਮੇਰੇ ਹਿਸਾਬ ਨਾਲ ਸਾਰਿਆਂ ਨੇ ਕੀਤਾ ਹੋਊਗਾ ਹਾਂਜੀ ਕਿਹੜਾ ਤੁਹਾਡਾ ਮੇਰਾ ਨਾਮ ਜੋਤੀ ਹੈ ਜੀ ਅੱਜ ਉਹ ਤੀਆਂ ਦਾ ਤਿਉਹਾਰ ਮਨਾ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਜੀ ਤੀਆਂ ਦੇ ਤਿਉਹਾਰ ਬਾਰੇ ਮੈਂ ਕਹਿਣਾ ਚਾਹੁੰਦੀ ਹਾਂ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਹ ਤਿਉਹਾਰ ਆਪਣੀ ਜ਼ਿੰਦਗੀ ਚੋਂ ਅਲੋਪ ਹੁੰਦਾ ਜਾ ਰਿਹਾ ਹੈ ਅਸੀਂ 19 ਨੰਬਰ ਵਾਰਡ ਦੇ ਸਾਰੇ ਮੈਂਬਰਾਂ ਨੇ ਸੋਚਿਆ ਕਿ ਚਲੋ ਇੱਕ ਵਾਰ ਫੇਰ ਦੁਬਾਰਾ ਇਹ ਤਿਉਹਾਰ ਨੂੰ ਨਾਲੇ ਪੁਰਾਣੀਆਂ ਯਾਦਾਂ ਨੂੰ ਅਸੀਂ ਤਾਜ਼ਾ ਕਰੀਏ ਇਸ ਕਰਕੇ ਅਸੀਂ ਸਾਰੇ ਅੱਜ ਇੱਥੇ ਤੀਜ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾ ਰਹੇ ਹਾਂ ਤੇ ਸਾਰੇ ਲੋਕਾਂ ਨੇ ਬਹੁਤ ਹੀ ਇੰਜੋਏ ਕੀਤਾ ਬਹੁਤ ਜ਼ਿਆਦਾ ਖੁਸ਼ੀ ਨਾਲ ਇਹ ਸਾਰਾ ਤਿਉਹਾਰ ਮਨਾਇਆ ਗਿਆ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਹਰ ਸਾਲ ਇਹ ਤਿਉਹਾਰ ਐਵੇਂ ਹੀ ਮਨਾਇਆ ਜਾਵੇ ਮਨਾਇਆ ਕਿਉਂ ਜਾਂਦਾ ਮਨਾਇਆ ਇਸ ਲਈ ਜਾਂਦਾ ਕਿਉਂਕਿ ਅੱਗੇ ਸਾਰੀਆਂ ਤੀਵੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਨਾਲ ਮਿਲ ਕੇ ਗੀਤ ਗਾਉਂਦੇ ਸੀ ਪਰ ਹੁਣ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਤੁਹਾਨੂੰ ਪਤਾ ਹੈ ਇਹ ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ ਇਸ ਕਰਕੇ ਅਸੀਂ ਇਹ ਚੀਜ਼ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਵੇਂ ਇਹ ਤਿਉਹਾਰ ਪਹਿਲਾਂ ਮਨਾਇਆ ਜਾਂਦਾ ਸੀ ਉਵੇਂ ਹੀ ਹੁਣ ਦੁਬਾਰਾ ਫੇਰ ਅਸੀਂ ਉਹੀ ਚੀਜ਼ਾਂ ਨੂੰ ਦੁਬਾਰਾ ਆਪਣੀ ਜ਼ਿੰਦਗੀ ਵਿੱਚ ਲਿਆਈਏ ਆਉਣ ਵਾਲੀ ਪੀੜ੍ਹੀ ਵਾਸਤੇ ਕੁਝ ਲੈ ਹਾਂਜੀ ਆਉਣ ਵਾਲੀ ਪੀੜ੍ਹੀ ਨੂੰ ਵੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਹੁਣ ਅੱਜ ਅਸੀਂ ਇਹ ਚੀਜ਼ ਕੀਤੀ ਹੈ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਬਹੁਤ ਧੂਮਧਾਮ ਨਾਲ ਇਹ ਤਿਉਹਾਰ ਮਨਾਇਆ ਹੈ ਮੈਂ ਚਾਹੁੰਦੀ ਹਾਂ ਕਿ ਸਾਰੇ ਹੀ ਹਰ ਸਾਲ ਇਹ ਤਿਉਹਾਰ ਇੱਕ ਦੂਜੇ ਨਾਲ ਮਿਲ ਕੇ ਮਨਾਉਣ ਵਾਰਡ ਨੰਬਰ 19 ਦੀ MC ਦਲੀਪ ਕੌਰ ਤੇ ਅਸੀਂ ਇਕੱਠੀਆਂ ਹੋ ਕੇ ਸਾਡੇ ਗਲੀ ਮਹੱਲੇ ਦੀਆਂ ਨੇ ਸਾਰੀਆਂ ਨੇ ਅਸੀਂ ਸਲਾਹ ਬਣਾਈ ਕੋਮਲ ਤੇ ਚਰਨਜੀਤ ਕੌਰ ਤੇ ਆਪਣੇ ਹਰਦੀਪ ਤੇ ਮੇਰੇ ਆਪਣੇ ਮਨਪ੍ਰੀਤ ਜੋਤੀ ਮੈਡਮ ਤੇ ਸਾਰਿਆਂ ਨੇ ਜਿੰਨੀਆਂ ਵੀ ਰੀਤੂ ਮੈਡਮ ਆਪਣੇ ਪਰਿਵਾਰ ਨੂੰ ਇਕੱਠੀਆਂ ਹੋਈਆਂ ਇਕੱਠੀਆਂ ਹੋ ਕੇ ਬੈਠ ਕੇ ਸਲਾਹ ਕੀਤੀ ਤੇ ਅਸੀਂ ਇਹ ਤੀਆਂ ਦੇ ਤਿਉਹਾਰ ਮਨਾਉਣ ਵਾਸਤੇ ਸਾਰਿਆਂ ਨੇ ਵੀ ਸਲਾਹ ਕਰਕੇ ਇਹ ਤਿਉਹਾਰ ਮਨਾਉਣ ਦੇ ਸਾਰੇ ਬੱਚਿਆਂ ਨੂੰ ਭੈਣਾਂ ਨੂੰ ਸਾਰਿਆਂ ਨੂੰ ਬੇਨਤੀ ਕੀਤੀ ਕਿ ਅਸੀਂ ਅਗਰਾਹੀ ਕਰਕੇ ਸਾਰਿਆਂ ਤੋਂ ਫਿਰ ਅਸੀਂ ਇਹ ਪੈਸੇ ਇਕੱਠੇ ਕਰਕੇ ਅਸੀਂ ਇਹ ਤਿਉਹਾਰ ਮਨਾਇਆ ਤੇ ਜੋ ਕਈ ਵਾਰ ਬੱਚੇ ਨੂੰ ਨਹੀਂ ਪਤਾ ਵੀ ਇਹ ਤੀਆਂ ਦਾ ਤਿਉਹਾਰ ਕੀ ਹੁੰਦਾ ਇਹ ਤੀਆਂ ਸਾਉਣ ਦੇ ਮਹੀਨੇ ਤੀਜ ਮਨਾਈਆਂ ਜਾਂ ਸ਼ੁਰੂ ਹੋ ਜਾਂਦੀਆਂ ਨੇ 15 ਦਿਨ ਇਹ ਤੀਆਂ ਰਹਿੰਦੀਆਂ ਨੇ ਤੇ ਉਸ ਤੋਂ ਬਾਅਦ ਫਿਰ ਸਾਡੇ ਬੱਚੇ ਸਾਰੇ ਅਸੀਂ ਇੰਜੋਏ ਕਰਦੇ ਹਾਂ ਤੇ ਅਸੀਂ ਆਪਣਾ ਵਧੀਆ ਮਨੋਰੰਜਨ ਕੀਤਾ ਤੇ ਬੱਚੇ ਇਸ ਤੀਆਂ ਦੇ ਤਿਉਹਾਰ ਨੂੰ ਬਿਲਕੁਲ ਜਿਹੜੀ ਛੋਟੀ ਜਨਰੇਸ਼ਨ ਹੈ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਸੀ ਵੀ ਇਹ ਤੀਆਂ ਦਾ ਤਿਉਹਾਰ ਕੀ ਹੁੰਦਾ ਹੁਣ ਇਹਨਾਂ ਬੱਚਿਆਂ ਨੂੰ ਵੀ
पता लग्या बई इह तीआं दा तिहार की हुंदा ते हुण बच्चिआं नूं अगे वास्ते बच्चिआं नूं पता लगो ते बच्चे छोटे बच्चे बच्चिआं सारे मनाया करनगे। थैंक यू। इस गल हो रही देखा जाता सी पुराने जमाने जिहड़ियां तीआं सी पिप्पल थले आम ते कुआं दे किनारे जां चिंगा पाईआं जांदीआं सी पर अजकल मॉडर्न हो गईआं डीजे ते चलदीआं ने। हां ਉਹ ਆਇਆ ਜੀ ਹੁਣ ਅੱਜ ਕੱਲ ਦੀ ਬੱਚਿਆਂ ਨੂੰ ਜਵਾਨਾਂ ਜਵਾਨੇ ਦੇ ਹਿਸਾਬ ਨਾਲ ਜੀ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਗਰਮੀ ਦੇ ਸੀਜ਼ਨ ਕਰਕੇ ਜੇ ਬੱਚੇ ਨਹੀਂ ਸਹਿਣ ਕਰ ਸਕਦੇ ਗਰਮੀ ਇਸੇ ਕਰਕੇ ਅਸੀਂ ਆਪਣਾ ਇੱਥੇ ਇਤਿਹਾਸ ਚ ਮਨਾਇਆ।